ਏਵਨ ਪੰਜਾਬੀ ਤੇ ਏਵਨ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਕਰਦੇ ਆਂ ਦੋਸਤੋ ਖਬਰ ਲੈਣੇ ਆ ਜੀ ਕਿ ਆਖਰ ਰੇਲ ਦੇ ਡਰਾਈਵਰ ਨੇ ਕੀ ਕੀਤਾ ਵੱਡਾ ਖੁਲਾਸਾ ਰੇਲ ਦੇ ਡਰਾਈਵਰ ਨੇ ਦੱਸਿਆ ਹੈ ਕਿ ਉਹ ਟ੍ਰੇਨ ਚਲਾ ਰਿਹਾ ਸੀ ਔਰ ਜਲੰਧਰ ਤੋਂ ਇਹ ਟ੍ਰੇਨ ਚੱਲੀ ਸੀ ਟ੍ਰੇਨ ਪੂਰੀ ਰਫਤਾਰ ਵਿੱਚ ਜਾ ਰਹੀ ਸੀ ਔਰ ਆਪਣੇ ਹਿਸਾਬ ਦੇ ਨਾਲ ਜੋ ਰੋਜ਼ਮਰਾਂ ਵਿੱਚ ਆਉਂਦੀ ਹੈ ਮਾਨਾਬਾਲ ਤੋਂ ਬਾਅਦ ਅਚਾਨਕ ਟਰੈਕ ਤੇ ਕੁਝ ਲੋਕ ਨਜ਼ਰ ਆਏ ਟ੍ਰੈਕ ਤੇ ਖੜੇ ਲੋਕਾਂ ਨੂੰ ਵੇਖ ਕੇ ਗੱਡੀ ਦੀ ਸਪੀਡ ਨੂੰ ਹੌਲੀ ਕਰਨ ਦੀ ਕੋਸ਼ਿਸ਼ ਕੀਤੀ ਪਰ ਗੱਡੀ ਜ਼ਿਆਦਾ ਤੇਜ਼ ਹੋਣ ਕਰਕੇ ਛੇਤੀ ਉਸਦੀ ਸਪੀਡ ਦੇ ਉੱਪਰ ਕੰਟਰੋਲ ਨਹੀਂ ਕੀਤਾ ਗਿਆ ਔਰ ਜਦੋਂ ਅਸੀਂ ਕੋਸ਼ਿਸ਼ ਕੀਤੀ ਤਾਂ ਕੁਝ ਲੋਕਾਂ ਨੇ ਗੱਡੀ ਦੇ ਉੱਪਰ ਹਮਲਾ ਕਰ ਦਿੱਤਾ ਗਾਰਡ ਨੇ ਮੈਨੂੰ ਦੱਸਿਆ ਕਿ ਕੁਝ ਲੋਕਾਂ ਨੇ ਗੱਡੀ ਦੇ ਉੱਪਰ ਹਮਲਾ ਕਰ ਦਿੱਤਾ ਉਸ ਹਮਲਾਵਰਾਂ ਤੋਂ ਬਚਣ ਵਾਸਤੇ ਗੱਡੀ ਦੇ ਵਿੱਚ ਜੋ ਸਵਾਰੀਆਂ ਸਫ਼ਰ ਕਰ ਰਹੀਆਂ ਨੇ ਉਹਨਾਂ ਨੂੰ ਬਚਾਉਣ ਵਾਸਤੇ ਅਸੀਂ ਗੱਡੀ ਨੂੰ ਨਹੀਂ ਰੋਕਿਆ ਔਰ ਗੱਡੀ ਨੂੰ ਨਾ ਰੁਕਣ ਕਰਕੇ ਹੀ ਸਵਾਰੀਆਂ ਬਚ ਜਾਣ ਇਹ ਡਾ ਵੱਡਾ ਇਹ ਹਾਦਸਾ ਹੋਇਆ ਹੈ ਹਾਲਾਂਕਿ ਸੁਰੱਖਿਆ ਕਾਰਨਾ ਕਰਕੇ ਉਸ ਡਰਾਈਵਰ ਦੀ ਪਛਾਣ ਜਿਹੜੀ ਗੁਪਤ ਰੱਖੀ ਗਈ ਹੈ ਤਾਂ ਕਿ ਕਿਸੇ ਕਿਸਮ ਦੀ ਕੋਈ ਘਟਨਾ ਨਾ ਹੋ ਜਾਵੇ ਆਖਰਕਾਰ ਇਹ ਹੀ ਕਿਹਾ ਜਾ ਸਕਦਾ ਹੈ ਕਿ ਡਰਾਈਵਰ ਨੇ ਲਿਖਤੀ ਰੂਪ ਵਿੱਚ ਇਸਾਰਾ ਕੁਝ ਦਿੱਤਾ ਹੋ। ਫੋਰ ਨਿਊ ਅਪਡੇਟਸ ਪਲੇ ਸਬਸਕ੍ਰਾਈਬ A1 ਨਿਊਜ਼ ਐਂਡ ਕਲਿੱਕ ਦ ਬੈਲ ਆਈਕਨ